ਜਿੰਨੇ ਵੀ ਸਟੂਡੈਂਟਸ ਸਾਡੇ ਕੋਲ ਨੇ ਅੱਜ ਦਾ ਮਕਸਦ ਜਿਹੜਾ ਹੈਗਾ ਉਹ ਸ਼ਾਂਤੀ ਦੇ ਸੁਨੇਹੇ ਨੂੰ ਲੋਕਾਂ ਤੱਕ ਲੈ ਕੇ ਜਾਣਦਾ ਹੈ। ਅੱਜ ਦੇ ਸਮਾਜ ਦੇ ਵਿੱਚ ਸਭ ਤੋਂ ਜ਼ਿਆਦਾ ਜੇ ਕਿਸੇ ਚੀਜ਼ ਦੀ ਲੋੜ ਹੈ ਤਾਂ ਉਹ ਸ਼ਾਂਤੀ ਦੀ ਹੈ। ਜੇ ਉਹ ਸ਼ਾਂਤੀ ਆ ਜਾਂਦੀ ਹੈ ਤਾਂ ਸ਼ਾਇਦ ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਨੇ ਸਾਡੀਆਂ ਉਹ ਵੈਸੇ ਹੀ ਹੱਲ ਹੋ ਜਾਣਗੀਆਂ। ਸੋ ਜਿੱਥੇ ਜਿੱਥੇ ਵੀ ਤੁਸੀਂ ਅੱਜ ਨਹੀਂ ਕਦੇ ਵੀ ਜਦੋਂ ਵੀ ਕਿਤੇ ਜਾਂਦੇ ਹੋ ਆਪਦੇ ਪ੍ਰੋਫੈਸ਼ਨ ਦੇ ਵਿੱਚ ਆਪਦੇ ਘਰ ਦੇ ਵਿੱਚ ਇਸ ਸ਼ਾਂਤੀ ਦੇ ਸੁਨੇਹੇ ਨੂੰ ਜਿਹੜਾ ਹੈ ਉਹ ਨਾਲ ਲੈ ਕੇ ਜਾਓ। ਅਤੇ 9:30 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਜਿਹੜਾ ਹੈਗਾ ਇੱਕ ਕੈਂਪ ਮਹਾਤਮਾ ਗਾਂਧੀ ਯੋਜਨਾ ਸਰਬੱਤ ਵਿਕਾਸ ਯੋਜਨਾ ਕੈਂਪ ਜਿਹੜਾ ਹੈ ਉਹ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਹੋਏਗਾ, ਜਿੱਥੇ ਸਾਰੇ ਹੀ ਮਹਿਕਮੇ ਜਿਹੜਾ ਹੈ ਉਹ ਆਪਦੇ ਤੌਰ ਤੇ ਹਾਜ਼ਰ ਹੋਣਗੇ। ਜਿਹੜੇ ਵੀ ਕੋਈ ਲਾਭਪਾਤਰੀ ਹੈਗੇ ਆ ਜਿਹਨਾਂ ਨੂੰ ਕਿਸੇ ਵੀ ਸਰਕਾਰੀ ਸਕੀਮ ਦਾ ਕੋਈ ਲਾਭ ਨਹੀਂ ਕਿਸੇ ਕਾਰਨ ਕਰਕੇ ਮਿਲ ਸਕਿਆ ਹੈ ਉਹ ਉੱਥੇ ਆ ਕੇ ਜਿਹੜਾ ਹੈ ਉਹ ਉਸ ਮਹਿਕਮੇ ਨਾਲ ਆਪਦਾ ਰਾਬਤਾ ਕਾਇਮ ਕਰ ਸਕਦੇ ਨੇ।